ਆ ਮਲਾਈਦਾਰ ਮਿਲਕ ਬਦਾਮ ਜੇ ਤੁਸੀਂ ਘਰੇ ਤਿਆਰ ਕਰਕੇ ਪੀ ਲਿਆ ਜੀ ਤੁਸੀਂ ਭੁੱਲ ਜੂਗੇ ਸਾਰੇ ਕਿਸੇ ਨੂੰ ਜੰਨਤ ਹੀ ਆ ਬਸ ਆਪਣੇ ਪਿੰਡਾਂ ਦੇ ਵਿੱਚ ਹਰੇਕ ਘਰ ਦੇ ਵਿੱਚ ਦੁੱਧ ਹੁੰਦਾ ਜੀ ਤੁਸੀਂ ਕਦੇ ਵੀ ਮੁੱਲ ਦਾ ਮਿਲਕ ਬਦਾਮ ਲੈ ਕੇ ਨਾ ਪੀਓ ਕਿਉਂਕਿ ਕੈਮੀਕਲ ਹੁੰਦੇ ਨੇ ਤੇ ਪ੍ਰਾਣਾ ਬਹੁਤ ਹੁੰਦਾ ਤੁਸੀਂ ਤਾਜ਼ਾ 5 ਮਿੰਟਾਂ ਦੇ ਵਿੱਚ ਆਹ ਵੀਡੀਓ ਦੇਖ ਕੇ ਘਰੇ ਤਿਆਰ ਕਰ ਲਓਗੇ ਜੀ ਸਭ ਤੋਂ ਪਹਿਲਾਂ ਆਪਾਂ ਨੇ ਜੀ ਬਦਾਮ ਲੈ ਲਏ ਕੜਾਈ ਦੇ ਵਿੱਚ ਦੁੱਧ ਆਪਾਂ 1/2 ਕਿਲੋ ਗਰਮ ਕਰਨਾ ਰੱਖਤਾ ਜੀ ਇਸ ਤੋਂ ਬਾਅਦ ਕਾਜੂ ਐਡ ਕਰ ਲਏ ਜੀ ਦੋਨੇ ਚੀਜ਼ਾਂ ਨੂੰ ਆਪਾਂ ਜੀ ਚੰਗੀ ਤਰ੍ਹਾਂ ਥੋਲਾਂਗੇ ਥੋਣ ਤੋਂ ਬਾਅਦ ਜੀ ਇਹਨਾਂ ਦਾ ਆਪਾਂ ਗ੍ਰਾਊਂ ਗਲਾਸ ਦੁੱਧ ਦਾ ਪਾ ਲੈ ਜੀ ਕਾਜੂ ਬਦਾਮ ਦੋਨੇ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਗ੍ਰाइंड ਕਰ ਲਾਂਗੇ ਜੀ ਕਦੇ ਵੀ ਜਦੋਂ ਵੀ ਤੁਹਾਡੇ ਬੱਚੇ ਜिद ਕਰਦੇ ਨੇ ਵੀ ਅਸੀਂ ਮਿਲਕ ਬਦਾਮ ਪੀਣ ਹੈ ਜੀ ਜਾਂ ਕੋਈ ਠੰਡੀ ਚੀਜ਼ ਖਾਣ ਪੀਣ ਦਾ ਉਹਨਾਂ ਦਾ ਮੂਡ ਹੈ ਤਾਂ ਤੁਸੀਂ ਆਹ ਤਿਆਰ ਕਰਕੇ ਦਿਓ ਜੀ ਇਸ ਤੋਂ ਬਾਅਦ ਆਪਾਂ ਇਹਦੇ ਵਿੱਚ ਤਿੰਨ ਚਮਚੇ ਕਸਟਰਡ ਪਾਊਡਰ ਦੇ ਐਡ ਕਰਨੇ ਨੇ ਜੀ ਠੀਕ ਹੈ ਇਸ ਤੋਂ ਬਾਅਦ ਗਰਮ ਦੁੱਧ ਪਾ ਤਾ ਅੱਧਾ ਗਲਾਸ ਹੋਰ ਦੁਬਾਰੇ ਫੇਰ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਜੀ ਆਪਾਂ ਚੰਗੀ ਤਰ੍ਹਾਂ ਇਹਨੂੰ ਚਲਾ ਲਾਂਗੇ ਠੀਕ ਹੈ ਆਹ ਤਿਆਰ ਕਰਕੇ ਪੀ ਲਿਆ ਜੀ ਤੁਸੀਂ ਯਾਰ ਤੁਸੀਂ ਆਹ ਭੁੱਲ ਜੂਗੇ ਆਹ ਲਓ ਜ ਹਲਕਾ ਹਲਕਾ ਇਹਨੂੰ ਆਪਾਂ ਘਮਾਉਂਦੇ ਰਵਾਂਗੇ ਠੀਕ ਹੈ ਆਹ ਲਓ ਜੀ ਵਿੱਚ ਇਹਦੇ ਆਪਾਂ ਘਮਾਉਂਦੇ ਰਵਾਂਗੇ ਤੇ ਲਓ ਜੀ ਤਾਂ ਕਿ ਇਹ ਨਾ ਲੱਗ ਜੇ ਜਮਾ ਇਹ ਗਾੜਾ ਗਾੜਾ ਘੋਲ ਜਦੋਂ ਤਿਆਰ ਹੋ ਗਿਆ ਜੀ ਉਸ ਤੋਂ ਬਾਅਦ ਅੱਗੇ ਦੱਸਾਂਗੇ ਵੀ ਕਰਨਾ ਕੀ ਹੈ ਲਓ ਜੀ ਤੁਸੀਂ ਆਪ ਦੇਖ ਲਓ ਗਾੜਾ ਗਾੜਾ ਜਿਹੜਾ ਆਪਣਾ ਘੋਲ ਹੈ ਇਹ ਤਿਆਰ ਹੋ ਗਿਆ ਜੀ ਇੰਨੀ ਕੁ ਮਾਤਰਾ ਚਾ ਤੁਸੀਂ ਦੇਖ ਲਓ ਆਪ ਆ ਲੋ ਜੀ ਗਾੜਾ ਗਾੜਾ ਘੋਲ ਤਿਆਰ ਹੋ ਗਿਆ ਇਸ ਤੋਂ ਬਾਅਦ ਆਪਾਂ ਇਹਦੇ ਵਿੱਚ ਖੰਡ ਪਾਤੀ ਜੀ ਖੰਡ ਤੁਸੀਂ ਆਪ ਦਾ ਜਿੰਨਾ ਵੀ ਤੁਸੀਂ ਮਿੱਠਾ ਲੈਣਾ ਚਾਹੁੰਦੇ ਹੋ ਓਨੇ ਕੋ ਉਸ ਹਿਸਾਬ ਨਾਲ ਤੁਸੀਂ ਪਾ ਲਓ ਜੀ ਠੀਕ ਹੈ ਘਰੇ ਆਪਣੇ ਔਰਤਾਂ ਨੂੰ ਪਤਾ ਹੀ ਹੁੰਦੇ ਵੀ ਇੰਨਾ ਕੁ ਮਿੱਠਾ ਆਪਾਂ ਖਾਣੇ ਆ ਇੰਨਾ ਕੁ ਆਪਾਂ ਪਾ ਲੈਨੇ ਆ ਇਸ ਤੋਂ ਬਾਅਦ ਜੀ ਉਹਦਾ ਆਪਾਂ ਸਿਲੰਡਰ ਘੱਟ ਕਰਤਾ ਜੇ ਆਪਾਂ ਕਾਜੂ ਬਦਾਮ ਹਲੇ ਹੋਰ ਐਡ ਕਰਾਂਗੇ ਇਹਦੇ ਵਿੱਚ ਹੁਣ ਜਿਹੜੇ ਐਡ ਕਰਨੇ ਨੇ ਇਹਨਾਂ ਨੂੰ ਆਪਾਂ ਪੂਰਾ ਗ੍ਰੈਂਡ ਨਹੀਂ ਕਰਦੇ ਬਸ ਹਲਕਾ ਜਿਹਾ ਹੀ ਚਲਾਵਾਂਗੇ ਠੀਕ ਹੈ ਤਾਂ ਕਿ ਇਹ ਥੋੜੇ ਜਿ ਟੁੱਟ ਜਾਣ ਇਹਨਾਂ ਦੇ ਪੰਜ ਪੰਜ ਸੱਤ ਸੱਤ ਟੋਟੇ ਹੋ ਜਾਣ ਇਸ ਤਰੀਕੇ ਨਾਲ ਲਓ ਜੀ ਆ ਤਾਂ ਆਪਣਾ ਹੋ ਗਿਆ ਜੀ ਕੰਮ ਸਾਰਾ ਓਕੇ ਲਓ ਜੀ ਆ ਹੁਣ ਆਪਾਂ ਹਲਕਾ ਹਲਕਾ ਗੈਂਸ ਚਲਾਏ ਸੀ ਤਾਂ ਵੀ ਥੋੜਾ ਥੋੜਾ ਇਹ ਨਾਲ ਲੱਗਣ ਲੱਗ ਗਿਆ ਨੂੰ ਸਾਰੇ ਨੂੰ ਸੈੱਟ ਕਰ ਲੈਨੇ ਆਪਾਂ ਇਸ ਤੋਂ ਬਾਅਦ ਇਹਦੇ ਵਿੱਚ ਜੀ ਆਪਾਂ ਕੇਸਰ ਐਡ ਕਰਾਂਗੇ ਠੀਕ ਹੈ ਇਹ ਆਪਣੀ ਪੰਸਾਰੀ ਦੀ ਦੁਕਾਨ ਤੋਂ ਮਿਲ ਜਾਂਦਾ ਸਾਰਾ ਸਮਾਨ ਕੇਸਰ ਐਡ ਕਰਨ ਤੋਂ ਬਾਅਦ ਹੁਣ ਜਿਹੜੇ ਆਪਾਂ ਟੁਕੜੇ ਕਰੇ ਨੇ ਕਾਜੂ ਬਦਾਮਾਂ ਦੇ ਇਹਨੂੰ ਆਪਾਂ ਇਹਦੇ ਉੱਪਰ ਪਾ ਲਾਂਗੇ ਇਸ ਦੇ ਨਾਲ ਮੈਂ ਕਹਿੰਦਾ ਵੀ ਤਿਆਰ ਕਰਕੇ ਪੀ ਲਿਆ ਤੁਸੀਂ ਆਪ ਕਹੋਗੇ ਵੀ ਯਾਰ ਕੀ ਬਾਤ ਹੈ ਨਾਲੇ ਬਿਲਕੁਲ ਸਿੰਪਲ ਹੈ ਸਾਰੇ ਨੂੰ ਆਪਾਂ ਇਹਨੂੰ ਮਿਕਸ ਕਰ ਲੈਣੇ ਆ ਜੀ ਚੰਗੀ ਤਰ੍ਹਾਂ ਕਿਉਂਕਿ ਕਾਜੂ ਬਦਾਮ ਕੇਸਰ ਆਪਾਂ ਉਸ ਘੋਲ ਦੇ ਵਿੱਚ ਐਡ ਕਰਿਆ ਜੀ ਕਸਟਰਡ ਪਾਊਡਰ ਸਾਰਾ ਇਹਦੇ ਵਿੱਚ ਪਿਆ ਹੋਇਆ ਤੇ ਇਹਨੂੰ ਚੰਗੀ ਤਰ੍ਹਾਂ ਆਪਾਂ ਹਲਾ ਲੈਣੇ ਆ ਜੀ ਇਸ ਤੋਂ ਬਾਅਦ ਆਪਾਂ ਇਹਨੂੰ ਜੀ ਖੁੱਲੇ ਜੇ ਭਾਂਡੇ ਦੇ ਵਿੱਚ ਕੱਢ ਲਾਂਗੇ ਇਸ ਤਰੀਕੇ ਨਾਲ ਆ ਦੇਖ ਲਓ ਜੀ ਕਿਹੜਾ ਯਾਰ ਖੁਸ਼ਬੂ ਆ ਰਹੀ ਹੈ ਮੈਂ ਕਹਿੰਦਾ ਗੱਲਬਾਤ ਹੀ ਐਂਡ ਹੋ ਗਈ ਯਾਰ ਜਮੇ ਜੇ ਤੁਹਾਡੇ ਘਰੇ ਏਸੀ ਹੈਗਾ ਤਾਂ ਏਸੀ ਦੇ ਵਿੱਚ ਰੱਖ ਦਿਓ ਇਹਨੂੰ ਲਿਜਾ ਕੇ ਜੀ ਠੰਡਾ ਕਰਨ ਇਸ ਤੋਂ ਬਾਅਦ ਦਵਾਰੇ ਫੇਰ ਇਹਨੂੰ ਚੰਗੀ ਤਰ੍ਹਾਂ ਹਲਾ ਲਾਂਗੇ ਤੇ ਇਹਨੂੰ ਚੰਗੀ ਤਰ੍ਹਾਂ ਆਪਾਂ ਨੇ ਠੰਡਾ ਕਰਕੇ ਫਿਰ ਆਪਾਂ ਇਹਨੂੰ ਕੰਚ ਦੇ ਗਲਾਸਾਂ 'ਚ ਪਾ ਲਓ ਚਾਹੇ ਸਟੀਲ ਵਾਲਿਆਂ 'ਚ ਇਸ ਤਰੀਕੇ ਨਾਲ ਆਪਾਂ ਇਹਨੂੰ ਪਰ ਲਾਂਗੇ ਜੀ ਠੀਕ ਹੈ ਜੇ ਤੁਸੀਂ ਕਿਸੇ ਹੋਰ ਭਾਂਡੇ 'ਚ ਪੀਣਾ ਹੈ ਤਾਂ ਉਹ 'ਚ ਪਾ ਲਓ ਜੀ ਚਾਰੇ ਗਲਾਸ ਆਪਾਂ ਫੁੱਲ ਐਡ ਕਰ ਲਈ ਜੀ ਇਸ ਤੋਂ ਬਾਅਦ ਬਾਕੀ ਬਚਦਾ ਹੋਰ ਭਾਂਡੇ 'ਚ ਪਾ ਲਾਂਗੇ ਚਾਰੇ ਗਲਾਸਾਂ ਨੂੰ ਆਪਾਂ ਫ੍ਰਿਜ ਦੇ ਵਿੱਚ ਲਾ ਦਾਂਗੇ ਜੀ 4 ਘੰਟਿਆਂ ਵਾਸਤੇ 4 ਘੰਟਿਆਂ ਤੋਂ ਬਾਅਦ ਕੱਢ ਕੇ ਜਦੋਂ ਤੁਸੀਂ ਇਹਨੂੰ ਪੀਓਗੇ ਆਹ ਦੇਖੋ ਯਾਰ ਕਿਆ ਬਾਤ ਚੀਜ਼ ਬਣ ਗਈ ਯਾਰ ਮੈਂ ਕਹਿੰਦਾ ਯਾਰ ਬਾ ਯਾਰ ਜ